ਇਨੂੰ ਕੰਮ ਕਹਿੰਦੇ ਆ ਤੇ ਇਹ ਇੱਕ ਆ ਜਿਹੜੇ ਬਣੇ ਆ ਕੜਾ ਮਚੌਦਰੀ ਟੜਕੀ ਉੱਠ ਕੇ ਕੋਈ ਨਾ ਕੋਈ ਐ ਵੀ ਨਹੀਂ ਪਤਾ ਕਰ ਦਿਓ ਗੱਲ ਸੱਚੀ ਆ ਜਾਂ ਝੂਠੀ ਆ ਚੱਕ ਦਿਓ ਭਵੰਤਮਾਨ ਦੇ ਵਿਰੁੱਧ ਆ ਚੱਲਣ ਦਿਓ ਤੂੰ ਗੱਲ ਆ ਯਾਰ ਉਹਨਾਂ ਨੂੰ ਬਸ ਇਹੀ ਇੱਕ ਚਿੰਤਾ ਖਾਈ ਜਾਂਦੀ ਆ ਵੀ ਆਮ ਘਰਾਂ ਦੇ ਮੁੰਡੇ ਕਿਉਂ ਆ ਗਏ ਇਹ ਕੁਰਸੀਆਂ ਤਾਂ ਸਾਡੇ ਵਾਸਤੇ ਬਣੀਆਂ ਸੀ ਅਸੀਂ ਆਪਸ ਵਿੱਚ ਬਦਲਾ ਲੈਂਦੇ ਸੀ ਵੀ ਮੈਂ ਥੋੜਾ ਜਿਹਾ ਬਹਿ ਕੇ ਥੱਕ ਗਿਆ ਮੈਂ ਥੋੜਾ ਜਿਹਾ ਪੈਸਾ ਪੂਸਾ ਜਿੰਨਾ ਕਮਾਇਆ ਉਹ ਦੁਬਈ ਦੁਬਈ ਕਨੀ ਕਰ ਲਾਂ ਤੇ ਤੂੰ ਬਹਿ ਜਾ ਉਹਨਾਂ ਚਿਰ ਉਹ ਬਹਿ ਜਾਂਦਾ ਸੀ ਉਹ ਕਹਿੰਦਾ ਹੁਣ ਮੈਂ ਥੱਕ ਗਿਆ ਮੈਂ ਜਾਇਆ ਮਾਂ ਦੁਬਈ ਉਹ ਤੂੰ ਕਿੱਥੇ ਜੇ ਜਾ ਕੇ ਆਏ ਨਾਲ ਦੱਸ ਦੇ ਸੀ ਕਿ ਨਾ ਉੱਥੇ ਜਾ ਕੇ ਜਿਆਦਾ ਬਣ ਜਾਂਦੇ ਨੇ ਉਹ ਐ ਆਪਸ ਚ ਕੁਰਸੀਆਂ ਵੀ ਵੰਡੀਆਂ ਹੋਈਆਂ ਸੀ ਆਪਸ ਚ ਖਾਤੇ ਵੀ ਸਾਂਝੇ ਹੀ ਸੀ ਉਹ ਹੁਣ ਕੁਰਸੀਆਂ ਵੀ ਚਲੀਆਂ ਗਈਆਂ ਖਾਤੇ ਵੀ ਜਿਹੜੇ ਨੇ ਉਹ ਸੀਲ ਹੋ ਗਏ ਤੇ ਹੁਣ ਫਿਰ ਉਹ ਉਹਨਾਂ ਨੂੰ ਇਹੀ ਦੁੱਖ ਹੈ ਵੀ ਬਦਨਾਮ ਕਿਵੇਂ ਕਰੀਏ ਕੋਈ ਵੀ ਗੱਲ ਕਰ ਦਿੰਦੇ ਆ ਕੋਈ ਵੀ ਗੱਲ ਸੋ ਇਹਨਾਂ ਦੀ ਪਰਵਾਹ ਨਾ ਕਰਿਓ ਉਹ ਕੱਲ ਮੈਂ ਤਾਂ ਦੇਖਿਆ ਸੁਖਵੀਰ ਬਾਦਲ ਉਹ ਜਵਾਕਾਂ ਜੀ ਵਾਲੀ ਸਕੂਟਰੀ ਜੀ ਤੇ ਫਿਰਦਾ ਸੀ ਮਤਲਬ ਹੱਲੇ ਪਏ ਨੇ ਚੌਂਦੀ ਲੱਗੀ ਪਈ ਐ ਇਹਨਾਂ ਨੂੰ ਵੀ ਕਰੀਏ ਤਾਂ ਕੀ ਕਰੀਏ ਹੈ ਨਾ ਤੇ ਕੋ ਕੋਈ ਕੁਝ ਵੀ ਕਹਿ ਦਿੰਦੇ ਨੇ ਉਹ ਨਾ ਕੁਝ ਪਤਾ ਕਰਦੇ ਨੇ ਕਿ ਗੱਲ 'ਚ ਕੋਈ ਤੱਤ ਹੈ ਜਾਂ ਨਾ ਠੀਕ ਹੈ ਨਾ ਉਹ ਆਹੀਂ ਫਿਰਦੇ ਨੇ ਇੱਕ ਦੂਜੇ ਦੇ ਵਿੱਚ ਵੱਜਦੇ ਉਹ ਜਿਵੇਂ ਜੇ ਜਿਹੜੀਆਂ ਕੀੜੀਆਂ ਦਾ ਕਾਲੀਆਂ ਕੀੜੀਆਂ ਦਾ ਭੌਣ ਹੁੰਦਾ ਨਾ ਜਿਹੜਾ ਉਹਦੇ 'ਚ ਨਾ ਜੇ ਪਉਂ ਹੀ ਵਿਚਦੀ ਲੰਘ ਜੀਏ ਕੀੜੀਆਂ 'ਚੋਂ ਹੀ ਤਰਥੱਲੀ ਜੀ ਮੱਚ ਜਾਂਦੀ ਐ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੀਆਂ ਨੇ ਉਹ ਲੋਕ ਕਿਤੇ ਇਹਨਾਂ ਦੀਆਂ ਇਹਨਾਂ ਨੇ ਤਖਤਾਂ ਦੇ ਉੱਤੋਂ ਦੀ ਲੰਘੇ ਇਹਨਾਂ 'ਚ ਹੁਣ ਤਰਥੱਲੀ ਜੀ ਮੱਚੀ ਪਈ ਆਏ ਜੀ ਹੈਨਾ ਵੀ ਇਹ ਤਾਂ ਲੋਕਾਂ ਨੂੰ ਇਹ ਤੋਂ ਪਹਿਲਾਂ 50 ਸਾਲ ਕੋਈ ਕੋਈ ਰਾਹ ਵੀ ਹੈ ਨਹੀਂ ਸੀ ਲੋਕਾਂ ਕੋਲੇ ਹੁਣ ਰਾਹ ਮਿਲ ਗਿਆ ਨਵਾਂ ਇੱਕ ਗੱਲ ਦੀ ਤੁਹਾਨੂੰ ਗਰੰਟੀ ਦਿੰਨੇ ਆ ਕੰਮ ਹੋ ਸਕਦਾ ਕੋਈ ਲੇਟ ਹੋ ਜੇ ਜੇ ਤੁਹਾਨੂੰ ਇਹ ਹੈ ਜੀ ਸੜਕ ਦੇ ਦਈਏ ਵੀ ਸੜਕ ਬਣਾਉਣੀ ਹੈ ਬਾਅਦ ਚ ਪਤਾ ਲੱਗੇ ਸੜਕ 'ਚ ਤਾਂ ਟੋਏ ਹੀ ਬਹੁਤ ਨੇ ਪਹਿਲਾਂ ਤਾਂ ਆਪਾਂ ਟੋਏ ਭਰਾਂਗੇ ਲੈਵਲ ਕਰਕੇ ਫਿਰ ਉਸ ਤੋਂ ਬਾਅਦ ਸੜਕ ਬਣਾਵਾਂਗੇ ਕਈ ਕੰਮਾਂ ਨੂੰ ਟਾਈਮ ਲੱਗ ਸਕਦਾ ਹੈ ਪਰ ਸਾਡੀ ਨੀਅਤ 'ਚ ਖੋਟ ਨਹੀਂ ਹੈਗਾ ਇਸ ਗੱਲ ਦੀ ਮੈਂ ਬਤੌਰ ਮੁੱਖ ਮੰਤਰੀ ਗਰੰਟੀ ਦਿੰਦਾ ਪੰਜਾਬ ਦੇ 3/2 ਕਰੋੜ 3.5 ਕਰੋੜ ਲੋਕਾਂ ਨੂੰ ਇਹ ਗਰੰਟੀ ਦਿੰਦਾ ਕਿ ਪੰਜਾਬ ਦੇ ਹੱਕਾਂ ਲਈ ਕਦੇ ਵੀ ਗਰਦਨ ਨਹੀਂ ਝੁਕਾਉਣੀ ਅਸੀਂ ਉਹ ਹੋਰ ਹੋਣਗੇ ਜਿਹੜੇ ਪੰਜਾਬ ਦੇ ਹੱਕਾਂ ਨੂੰ ਵੇਚਦੇ ਰਹੇ ਨੇ ਸਾਈਨ ਕਰਦੇ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਕੋਈ ਪੰਜਾਬ ਨਾ ਲੈਣਾ ਦੇਣਾ ਨਹੀਂ ਸੀ ਆਪਣੇ ਵੱਲੋਂ ਤਾਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਉਹ ਤਾਂ ਨੀਮੀਆਂ ਵੀ ਪਾ ਲੈਂਦੇ ਉਹਨਾਂ ਦਾ ਸਰ ਜਾਂਦਾ ਪਰ ਮੈਨੂੰ ਪਤਾ ਹੈ ਪੜਾਸ ਹੈ ਪੜਾਸ ਹੈ ਕੱਢ ਲੋ ਕੱਢ ਲੋ ਪੜਾਸ ਆ ਕੋਈ ਗੱਲ ਨਹੀਂ ਖਾਸ ਤੌਰ ਤੇ ਜਦੋਂ ਜਦੋਂ ਕੇਜਰੀਵਾਲ ਸਾਹਿਬ ਮਾਲਵੇ ਵਾਲੇ ਪਾਸੇ ਆਉਂਦੇ ਆ ਇਹਨਾਂ ਦਾ ਵੀ ਮੂੰਹ ਤੇ ਨਾ ਪੂਰਾ ਨੂਰ ਹੁੰਦਾ ਮਾਲਵਾ ਮੇ ਜਾ ਰਹੇ ਆ ਨਾ ਹਾਂਜੀ ਮਾਲਵੇ ਜਾ ਰਹੇ ਆ ਸੋ ਮਾਲਵਾ ਵਾਲੇ ਜਿਹੜੇ ਨੇ ਹਿੱਕ ਥਾਪੜ ਕੇ ਕਹਿੰਦੇ ਆ ਜਿੱਧਰ ਹੈਗੇ ਆ ਤਾਂ ਹੈਗੇ ਆ ਬਸ ਅਸੀਂ ਕੋਈ ਉਹ ਨਹੀਂ ਕਹਿੰਦੇ ਐਸ ਵਾਰ ਤਾਂ ਦੁਆਬੇ ਤੇ ਮਾਝੇ ਨੇ ਵੀ ਬੜਾ ਸਾਥ ਦਿੱਤਾ ਹੋਇਆ ਐਸ ਵਾਰ ਤਾਂ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਉਹ ਨਾਲ ਹੈ ਔਰ ਅੱਜ ਤੱਕ ਨਾਲ ਖੜਾ ਜਲੰਧਰ ਵਾਲੀ ਬਾਈ ਇਲੈਕਸ਼ਨ ਤੋਂ ਪਤਾ ਲੱਗ ਗਿਆ ਕਿ ਤੁਸੀਂ ਕਿੰਨਾ ਪਿਆਰ ਕਰ ਰਹੇ ਹੋ ਸੋ ਹਜੇ ਇਲੈਕਸ਼ਨਾਂ ਬਾਅਦ ਚ ਨੇ ਉਹ ਬਾਅਦ ਦੇਖਾਂਗੇ ਪਤਾ ਨਹੀਂ ਕੀ ਹੋਊ ਉਦੋਂ ਪਰ ਅੱਜ ਤੁਹਾਨੂੰ ਇਹ ਦੱਸਣਾ ਆ ਕਿ ਅਸੀਂ ਗਰੰਟੀਆਂ ਪੂਰੀਆਂ ਉਹ ਗਰੰਟੀਆਂ ਵੀ ਪੂਰੀਆਂ ਕਰ ਰਹੇ ਹਾਂ ਜਿਹੜੀਆਂ ਲਿਖੀਆਂ ਹੀ ਨਹੀਂ ਸੀ ਐਮਐਲਏ ਦੀਆਂ ਪੈਨਸ਼ਨਾਂ ਸੱਤ-ਸੱਤ ਸੀ ਕੱਟਤੀਆਂ ਇੱਕ ਇੱਕ ਲੈਣੀਆਂ ਲੈ ਲਓ ਨਹੀਂ ਜਾਓ 사ਸਰੀ ਕਾਲ ਠੀਕ ਹੈ ਨਾ ਉਹ ਉਹ ਵੇਲੇ ਕਰਤੇ ਕਿਉਂਕਿ ਬੜਾ ਖਜ਼ਾਨੇ ਤੇ ਬੋਝ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਅੱਜ ਅਖਬਾਰ ਚ ਵੀ ਲੱਗੀ ਹੋਈ ਹੈ ਗੰਗਾ ਗਏ ਫੁੱਲ ਕਹਿੰਦੇ ਮੁਰਦੇ ਨਹੀਂ ਹਨਾ ਐ ਕਿ ਮੈਨੇ ਮੁਰਦੇ ਗੰਗਾ ਗਏ ਫੁੱਲ ਪੰਜਾਬ ਚ ਮੋੜਨ ਲਾ ਦੇਾਂਗੇ ਇੱਕ ਘਟਾਲਾ ਹੋਇਆ ਸੀ ਬਾਗਵਾਨੀ ਘਟਾਲਾ ਕਹਿੰਦੇ ਆ ਉਹਨੂੰ ਮਹੱਲੀ ਜਾਂ ਚੱਲ ਰਹੀ ਆ ਉਹਦੀ ਤੇ ਉਹਦੇ ਵਿੱਚ ਜਿੰਨੇ ਵੀ ਬੰਦੇ ਨੇ ਉਹਨਾਂ ਨੇ ਜੋ ਵੀ ਕੀਤਾ ਕੱਪੜਾ ਜਿੰਨੇ ਜਿੰਨੇ ਪੈਸਿਆਂ ਦਾ ਜਦੋਂ ਉਹ ਜ਼ਮਾਨਤ ਲੈਣ ਜਾਂਦੇ ਨੇ ਅਸੀਂ ਲਿਖ ਦਿੰਦੇ ਆ ਜੀ ਇੰਨੇ ਪੈਸੇ ਦੇਣੇ ਆ ਇਹਨੇ ਸਰਕਾਰ ਦੇ ਮੂਰੋ ਜੱਜ ਕਹਿੰਦਾ ਪਹਿਲਾਂ ਜਮ੍ਹਾਂ ਕਰਾ ਕੇ ਆ ਫੇਰ ਜ਼ਬਾਨਤ ਕਰਾਂਗੇ 38 ਕਰੋੜ 12 ਲੱਖ ਤਾਂ ਮੁੜਿਆ ਆ 22 ਕਰੋੜ ਹਜੇ ਆ ਉਹਨੇ 15 ਦਿਨਾਂ ਚ ਆ ਜਾਊਗਾ ਜਾਨੀ ਕਿ 60 ਕਰੋੜ ਰੁਪਈਆ ਕ腐ਸ਼ਨ ਵਾਲਾ ਖਜ਼ਾਨੇ ਚ ਮੁੜਿਆ ਆ ਇਹਨਾਂ ਨੂੰ ਦੱਸ ਦਿਆ ਕਰੋ ਕਿ ਪੈਸੇ ਐ ਆਉਂਦੇ ਨੇ ਬਿਜਲੀ ਦੇ ਬਿੱਲ ਐ ਫਰੀ ਹੁੰਦੇ ਨੇ ਪੜ੍ਹਾਈਆਂ ਤੇ ਸਕੂਲ ਤੇ ਹਸਪਤਾਲ ਐ ਬਣਦੇ ਨੇ ਸੋ ਇਸ ਕਰਕੇ ਸਾਡਾ ਤਾਂ ਇੱਕੋ ਹੀ ਮਕਸਦ ਆ ਪੰਜਾਬ ਹਸਦਾ ਖੇਡਦਾ ਰੰਗਲਾ ਪੰਜਾਬ